ਮੈਂ ਓਸ਼ੋ ਨੂੰ ਕਾਫੀ ਸੁਣਿਆ ਤੇ ਕਾਫੀ ਪੜ੍ਹਿਆ। ਕਾਫੀ ਲੰਬੇ ਸਮੇਂ ਤੋਂ ਮੈਂ ਓਸ਼ੋ ਨੂੰ ਸੁਣ ਰਿਹਾ ਹਾਂ। ਮੈਂ ਸੱਚ ਆਖਾਂ, ਮੈਨੇ ਕੋਸ਼ਿਸ਼ ਕੀਤੀ ਕਿ ਹੋਰ ਵਿਦਵਾਨਾਂ ਨੂੰ ਵੀ ਸੁਣਾ, ਲੇਕਿਨ ਓਸ਼ੋ ਦੀ ਆਵਾਜ਼ ਦੇ ਵਿੱਚ ਜੋ ਕਸ਼ਿਸ਼ ਹੈ ਉਹ ਮਜਬੂਰ ਕਰਦੀ ਹੈ ਕਿ ਕਿਸੇ ਹੋਰ ਨੂੰ ਨਾ ਸੁਣਿਆ ਜਾਵੇ। ਇਸ ਗੱਲ ਲਈ ਬੇਸ਼ੱਕ ਮੈਂ ਆਪਣੇ ਆਪ ਨੂੰ ਕਸੂਰਵਾਰ ਸਮਝਾਂ, ਕਿਉਂਕਿ ਹੋ ਸਕਦਾ ਹੈ ਕਿ ਹੋਰ ਵਿਚਾਰਕਾਂ ਦੇ, ਹੋਰ ਧਰਮ ਸ਼ਾਸਤਰੀਆਂ ਦੇ ਵਿਚਾਰ ਓਸ਼ੋ ਤੋਂ ਵੀ ਚੰਗੇ ਹੋਣ, ਲੇਕਿਨ ਕੀ ਕਰਾਂ, ਓਸ਼ੋ ਦੀ ਆਵਾਜ਼ ਦੀ ਮਿਠਾਸ ਮੈਨੂੰ ਮਜਬੂਰ ਕਰਦੀ ਹੈ ਕਿ ਮੈਂ ਸਿਰਫ ਓਸ਼ੋ ਨੂੰ ਹੀ ਸੁਣਾ। ਬਾਕੀ ਰਹੀ ਗੱਲ ਕਿ ਓਸ਼ੋ ਨੂੰ ਮੈਂ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸੁਣ ਰਿਹਾ ਹਾਂ। ਓਸ਼ੋ ਨੂੰ ਪੜ੍ਹਿਆ ਵੀ ਹੈ, ਇਹ ਤਾਂ ਨਹੀਂ ਕਹਿ ਸਕਦਾ ਕਿ ਓਸ਼ੋ ਦੀ ਸਾਰੀ ਬਾਣੀ ਮੈਂ ਪੜ੍ਹ ਲਈ ਹੈ। ਓਸ਼ੋ ਦੀਆਂ ਗੱਲਾਂ ਨੂੰ ਬਾਣੀ ਮੈਂ ਇਸ ਲਈ ਆਖਦਾ ਹਾਂ ਕਿਉਂਕਿ ਉਹ ਗੱਲਾਂ ਨਹੀਂ, ਜ਼ਿੰਦਗੀ ਦੇ ਮਾਇਨੇ ਬਦਲਣ ਵਾਲੇ ਉਹ ਸ਼ਬਦ ਹਨ ਜਿਸ ਨਾਲ ਜ਼ਿੰਦਗੀ ਦਾ ਰੂਪਾਂਤਰਣ ਹੋ ਜਾਂਦਾ ਹੈ। ਓਸ਼ੋ ਨੇ ਇੰਨਾ ਲਿਖਿਆ ਹੈ, ਓਸ਼ੋ ਨੇ ਇੰਨਾ ਬੋਲਿਆ ਹੈ, ਸ਼ਾਇਦ ਇਹ ਜ਼ਿੰਦਗੀ ਦੇ ਵਿੱਚ ਉਸ ਸਭ ਨੂੰ ਪੜ੍ਹਨਾ ਤੇ ਉਸ ਸਭ ਨੂੰ ਸੁਣਨਾ ਮੇਰੇ ਲਈ ਨਾਮੁਮਕਿਨ ਹੋਏ। ਲੇਕਿਨ ਮੈਂ ਅੱਜ ਇੱਕ ਕੋਸ਼ਿਸ਼ ਕਰਨ ਜਾ ਰਿਹਾ ਹਾਂ ਆਪਣੇ ਭੈਣ ਭਰਾਵਾਂ ਲਈ ਜੋ ਓਸ਼ੋ ਨੂੰ ਪੰਜਾਬੀ ਵਿੱਚ ਸੁਣਨਾ ਚਾਹੁੰਦੇ ਹਨ, ਕਿ ਓਸ਼ੋ ਦੀਆਂ ਕੁਝ ਗੱਲਾਂ ਪੰਜਾਬੀ ਬੋਲੀ ਵਿੱਚ ਤੁਹਾਡੇ ਤੱਕ ਪਹੁੰਚਾ ਸਕਾਂ, ਉਹ ਗੱਲਾਂ ਤੁਹਾਡੇ ਤੱਕ ਪਹੁੰਚ ਸਕਣ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਹਨ। ਬੇਸ਼ੱਕ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਗੱਲਾਂ ਨੂੰ ਸੁਣਨਾ ਤੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਵਰਤਣਾ ਇੱਕ ਵੱਖਰੀ ਕਲਾ ਹੈ। ਇਹ ਵੀ ਸੱਚ ਹੈ ਕਿ ਸ਼ਾਇਦ ਓਸ਼ੋ ਦੀਆਂ ਸੁਣੀਆਂ ਸਾਰੀਆਂ ਗੱਲਾਂ ਨੂੰ ਜਾਂ ਉਹਨਾਂ ਵਿੱਚੋਂ ਕੁਝ ਗੱਲਾਂ ਨੂੰ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਉਤਾਰਿਆ ਹੋਵੇ, ਲੇਕਿਨ ਹੋ ਸਕਦਾ ਹੈ ਕਿ ਤੁਹਾਡੇ ਭਾਗਾਂ ਦੇ ਵਿੱਚ ਹੋਵੇ ਤੇ ਤੁਹਾਡੀ ਜ਼ਿੰਦਗੀ ਬਦਲ ਜਾਵੇ। ਓਸ਼ੋ ਸਦਾ ਹੀ ਉਸ ਪਰਮਾਤਮਾ ਦੀ ਗੱਲ ਕਰਦੇ ਹਨ, ਓਸ਼ੋ ਸਦਾ ਹੀ ਪਰਮਾਤਮਾ ਨੂੰ ਪਾਉਣ ਦੀਆਂ ਉਹਨਾਂ ਯੁਗਤਾਂ ਦੀ ਗੱਲ ਕਰਦੇ ਹਨ। ਉਹਨਾਂ ਯੁਗਤਾਂ ਦੇ ਵਿੱਚ ਇੱਕ ਮੈਡੀਟੇਸ਼ਨ ਹੈ। ਓਸ਼ੋ ਦਾ ਜ਼ਿਆਦਾ ਧਿਆਨ ਦੀ ਕ੍ਰਿਆ ਦੇ ਵਿੱਚ ਹੀ ਸੀ। ਓਸ਼ੋ ਦੇ ਮੁਤਾਬਿਕ ਪਰਮਾਤਮਾ ਨੂੰ ਪਾਉਣ ਦਾ ਰਸਤਾ ਧਿਆਨ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਸਬਜੈਕਟ ਹੋਵੇ ਜਿਸ ਤੇ ਓਸ਼ੋ ਨੇ ਗੱਲ ਨਾ ਕਰੀ ਹੋਵੇ। ਓਸ਼ੋ ਜ਼ਿੰਦਗੀ ਦੇ ਵਿੱਚ ਆਪਣੇ ਆਪ ਪੈਦਾ ਕੀਤੇ ਦੁੱਖਾਂ ਦੀ ਵੀ ਗੱਲ ਕਰਦੇ ਹਨ। ਓਸ਼ੋ ਉਹਨਾਂ ਦੁੱਖਾਂ ਤੋਂ ਨਿਜ਼ਾਤ ਪਾਉਣ ਦੀ ਵੀ ਗੱਲ ਕਰਦੇ ਹਨ। ਓਸ਼ੋ ਬੁੱਧ ਦੀ ਵੀ ਗੱਲ ਕਰਦੇ ਹਨ, ਓਸ਼ੋ ਮਹਾਵੀਰ ਦੀ ਵੀ ਗੱਲ ਕਰਦੇ ਹਨ ਤੇ ਕਦੇ ਕਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੀ ਗੱਲ ਕਰ ਲਿਆ ਕਰਦੇ ਹਨ। ਮੈਂ ਤਾਂ ਓਸ਼ੋ ਨੂੰ ਪੋਜ਼ਿਟਿਵ ਥੌਟਸ ਦਾ ਇੱਕ ਖਜ਼ਾਨਾ ਕਹਿ ਸਕਦਾ ਹਾਂ, ਕਿਉਂਕਿ ਕਿਤੇ ਵੀ ਉਹਨਾਂ ਨੇ ਐਸੀ ਨਕਾਰਾਤਮਕ ਗੱਲ ਨਹੀਂ ਕੀਤੀ
ਜਿਸ ਨਾਲ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਵੇ। ਓਸ਼ੋ ਸਦਾ ਖੁਸ਼ੀਆਂ ਦੀ ਗੱਲ ਕਰਦੇ ਹਨ। ਓਸ਼ੋ ਸਦਾ ਜ਼ਿੰਦਗੀ ਦੇ ਨਾਚ ਦੀ ਗੱਲ ਕਰਦੇ ਹਨ। ਓਸ਼ੋ ਸਦਾ ਜ਼ਿੰਦਗੀ ਦੀਆਂ ਤਰੰਗਾਂ ਦੀ ਗੱਲ ਕਰਦੇ ਹਨ। ਓਸ਼ੋ ਸਦਾ ਜ਼ਿੰਦਗੀ ਨੂੰ ਠਾਰਨ ਵਾਲੀਆਂ ਉਹਨਾਂ ਘਟਨਾਵਾਂ ਦੀਆਂ ਗੱਲਾਂ ਕਰਦੇ ਹਨ ਜਿਸ ਨਾਲ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਸਕਦੀਆਂ ਹਨ। ਓਸ਼ੋ ਸੰਗੀਤ ਦੀ ਗੱਲ ਕਰਦੇ ਹਨ। ਓਸ਼ੋ ਖੁਦ ਇੱਕ ਸੰਗੀਤ ਹਨ ਜਿਸ ਸੰਗੀਤ ਦਾ ਆਨੰਦ ਹਰ ਕੋਈ ਮਾਣ ਸਕਦਾ ਹੈ, ਬੇਸ਼ੱਕ ਉਸਦਾ ਕੋਈ ਵੀ ਧਰਮ ਕਿਉਂ ਨਾ ਹੋਵੇ। ਓਸ਼ੋ ਫਿਲਾਸਫੀ ਦੀ ਵੀ ਗੱਲ ਕਰਦੇ ਹਨ, ਕਦੇ ਕਦੇ ਸਾਈਕੋਲੋਜੀ ਦੀ ਵੀ ਗੱਲ ਕਰ ਲਿਆ ਕਰਦੇ ਹਨ। ਓਸ਼ੋ ਨੇ ਸੋਸਾਇਟੀ ਦੀ ਵੀ ਗੱਲ ਬਹੁਤ ਕੀਤੀ। ਓਸ਼ੋ ਨੇ ਵੱਧ ਤੋਂ ਵੱਧ, ਸਭ ਤੋਂ ਵੱਧ ਧਰਮ ਦੀ ਗੱਲ ਕੀਤੀ। ਓਸ਼ੋ ਦੇ ਮੁਤਾਬਿਕ ਧਰਮ ਉਹੀ ਹੈ ਜੋ ਤੁਹਾਨੂੰ, ਜੋ ਮੈਨੂੰ ਉਸ ਪਰਮਾਤਮਾ ਦੇ ਦਰਸ਼ਨ ਕਰਾ ਸਕੇ, ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਵਾ ਸਕੇ। ਬਾਕੀ ਸਭ ਬੇਮਾਇਨੇ ਹੈ। ਓਸ਼ੋ ਦੇ ਮੁਤਾਬਿਕ ਇਹ ਜ਼ਿੰਦਗੀ ਉਦੋਂ ਤੱਕ ਬੇਮਾਇਨੇ ਹੈ ਜਦ ਤੱਕ ਅਸੀਂ ਪਰਮਾਤਮਾ ਦੀ ਖੋਜ ਦੇ ਵਿੱਚ ਨਹੀਂ ਲੱਗਦੇ। ਅਸੀਂ ਜ਼ਿੰਦਗੀ ਦੇ ਵਿੱਚ ਲੰਘੇ ਹੋਏ ਵਕਤ ਨੂੰ ਕਦੇ ਯਾਦ ਨਹੀਂ ਕਰਦੇ ਕਿ ਅਸੀਂ ਉਸ ਲੰਘੇ ਹੋਏ ਵਕਤ ਦੇ ਵਿੱਚ ਪਰਮਾਤਮਾ ਨੂੰ ਯਾਦ ਨਹੀਂ ਕੀਤਾ। ਉਹ ਵਕਤ ਵੀ ਇੰਨੀ ਛੇਤੀ ਲੰਘ ਗਿਆ ਤੇ ਆਉਣ ਵਾਲਾ ਵਕਤ ਵੀ ਬਹੁਤ ਛੇਤੀ ਲੰਘ ਜਾਣਾ ਹੈ, ਤੇ ਇਸ ਲਈ ਸਾਨੂੰ ਉਸ ਖੁਦਾ ਨੂੰ, ਉਸ ਪਰਮਾਤਮਾ ਨੂੰ, ਉਸ ਗੋਡ ਨੂੰ, ਉਸ ਆਲਮਾਈਟੀ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ। ਅੱਜ ਅਸੀਂ ਜਿਸ ਟੌਪਿਕ ਦੀ ਗੱਲ ਕਰ ਰਹੇ ਹਾਂ, ਓਸ਼ੋ ਸਾਨੂੰ ਦੱਸਦੇ ਹਨ ਕਿ ਦੁੱਖਾਂ ਤੋਂ ਸਾਡਾ ਛੁਟਕਾਰਾ ਕਿਵੇਂ ਹੋ ਸਕਦਾ ਹੈ। ਓਸ਼ੋ ਕਹਿੰਦੇ ਹਨ, ਜ਼ਿੰਦਗੀ ਦੇ ਵਿੱਚ ਸਾਡੀਆਂ ਲਾਲਸਾਵਾਂ ਹੀ ਸਾਡੇ ਦੁੱਖ ਦਾ ਕਾਰਨ ਬਣਦੀਆਂ ਹਨ। ਦੁੱਖਾਂ ਦੀ ਸਾਰੀ ਖੇਡ ਤੁਹਾਡੀ ਆਪਣੀ ਰਚਾਈ ਹੋਈ ਹੈ। ਵੱਡੀਆਂ ਆਸਾਂ ਰੱਖਣੀਆਂ ਹੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ, ਤੇ ਇਹੀ ਤੁਹਾਡੇ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਵੀ ਹੈ। ਤੁਸੀਂ ਚਾਹੁੰਦੇ ਹੋ ਭਵਿੱਖ ਇਸ ਤਰ੍ਹਾਂ ਦਾ ਹੋਵੇ ਜਿਸ ਅਨੁਸਾਰ ਤੁਹਾਡੀਆਂ ਸਾਰੀਆਂ ਲਾਲਸਾਵਾਂ ਪੂਰੀਆਂ ਹੋ ਸਕਣ। ਜੇਕਰ ਪਰਮਾਤਮਾ ਇਸ ਪੂਰੇ ਸੰਸਾਰ ਦੀਆਂ ਲਾਲਸਾਵਾਂ ਦੇ ਮੁਤਾਬਿਕ ਇਸ ਸੰਸਾਰ ਨੂੰ ਚਲਾਉਣ ਲੱਗਣ ਤਾਂ ਇਹ ਸੰਸਾਰ ਖਤਮ ਹੀ ਹੋ ਜਾਏਗਾ। ਇੱਕ ਇਨਸਾਨ ਦੀ ਸੋਚ ਦੇ ਮੁਤਾਬਿਕ ਇਹ ਬ੍ਰਹਿਮੰਡ ਕਦੇ ਵੀ ਨਹੀਂ ਚੱਲ ਸਕਦਾ। ਓਸ਼ੋ ਕਹਿੰਦੇ ਹਨ, ਇਨਸਾਨ ਸਮੁੰਦਰ ਦੇ ਪਾਣੀ ਦੀ ਇੱਕ ਬੂੰਦ ਵਰਗਾ ਹੈ। ਸਮੁੰਦਰ ਇਸ ਬੂੰਦ ਦੇ ਮੁਤਾਬਿਕ ਨਹੀਂ ਚੱਲ ਸਕਦਾ, ਜਦਕਿ ਇੱਕ ਬੂੰਦ ਸਮੁੰਦਰ ਦੇ ਵਿੱਚ ਸਮਾ ਕੇ ਸਮੁੰਦਰ ਦੇ ਮੁਤਾਬਿਕ ਚੱਲ ਸਕਦੀ ਹੈ। ਓਸ਼ੋ ਕਹਿੰਦੇ ਹਨ, ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਖੁਸ਼ੀਆਂ ਦੀ ਗੱਲ ਹੀ ਨਾ ਕਰਨਾ, ਖੁਸ਼ੀਆਂ ਨੂੰ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਨਾ ਕਰਨਾ, ਤਾਂ ਆਪਣੇ ਆਪ ਹੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਬਹਾਰ ਆ ਜਾਏਗੀ। ਜ਼ਿੰਦਗੀ ਦੇ ਵਿੱਚ ਓਸ਼ੋ ਦੇ ਮੁਤਾਬਿਕ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਹੰਕਾਰ ਹੈ। ਇਸ ਹੰਕਾਰ ਨੇ ਹੀ ਸਾਨੂੰ ਮਾਰਿਆ ਹੈ, ਤੇ ਇਸ ਹੰਕਾਰ ਦੇ ਕਾਰਨ ਹੀ ਅਸੀਂ ਦੁੱਖਾਂ ਦੇ ਸਮੁੰਦਰ ਦੇ ਵਿੱਚ ਡੁਬਕੀਆਂ ਲਗਾ ਰਹੇ ਹਾਂ। ਨਾ ਅਸੀਂ ਇੱਧਰ ਦੇ ਰਹੇ ਤੇ ਨਾ ਅਸੀਂ ਉੱਧਰ ਦੇ ਰਹੇ,
ना तो सानू इस समुंदर दे विच तैरना आउंदा है ते ना ही असी समुंदर दे विचों बाहर ही निकल सकते हाँ। ओशो कहंदे हन कि सानू अपने हंकार नू परमात्मा दे चरणा विच चढ़ा देना चाहिदा है तां जो साड़ी जिंदगी विच कोई भी दुख ना रहे। ओशो कहंदे हन इस संसार दे विच तुहाडा अपना कोई दुश्मन नहीं सवाए तुहाडे अपने। इस संसार विच तुहाडा कोई दोस्त नहीं सिवाए तुहाडे अपने। असी सब कुछ जानते हुए भी अपनी जिंदगी विच धोखा खाई जाते हाँ। ओशो कहते हैं कि यह संसार तो सिर्फ एक पर्दा है जिस ते तुहाडी जिंदगी की फिल्म चल रही है जबकि इस फिल्म नू चलाउन वाला तां साडा अपना मन है जिस अंदर यह सारा ही खेड चल रहा है। इस मन तो मुक्ति पा के ही सब कुछ वखरा दिखाई दे सकता है। ओशो कहंदे हन कि मन नू समझना ते मन नू ही कंट्रोल करना दुखां तो छुटकारा पाउणा है। सानू अपने मन नू समझना ही पएगा तां ही साडी जिंदगी दे विच खुशियां अपने आप ही दस्तक देनगियां। सलाम है ओशो दी सोच नू, सलाम है ओशो दे उन्ना लफजा नू जिन्हां दे कारण किन्नियां ही जिंदगियां बदलियां। मैं इकल्ला यह नहीं कहांगा कि जिंदगियां बदलियां, जिंदगियां दे विच रूपांतरण होया। ओशो साढ़े तक हर धर्म दियां ओ गल्लां नूं पहुंचाउंदे हन जो सानू जिंदगी दे असली मायने दस सकन ते असी उन्हां मायनियां नूं समझ के जिंदगी जीउणा सिख लईए। जेकर तुहानूं अज मेरियां इह गल्लां चंगियां लगियां होण ते तुसी ओशो नूं प्यार करदे हो तां इस वीडियो नूं वध तो वध शेयर करना ते इस यूट्यूब चैनल न्यू ट्रेंडिंग ट्यूब नूं सबसक्राइब जरूर करना ते बैल आइकन दा बटन प्रेस जरूर कर लेना। बहुत चंगा होवेगा जे तुसी इस वीडियो लई अपने कमेंट भी करो तां जो मैं अगे तो ओशो दी इस बाणी नूं तुहाडे तक पहुंचा सकां तां जो तुहाडी जिंदगी दे विच इक नवी किरण दा आगाज होवे। आपां सब इस संसार दी खेड दे विच खेड रहे हां पर साडा मकसद यह होना चाहिदा है कि इस दुनियावी खेड नूं भुल के अपने आप नूं उस परमात्मा दे रंग विच रंग देईए तां जो साडी जिंदगी दे विच उस परमात्मा दी अपार किरपा दा रंग ऐसा चढ़े कि सानू दुखां दा एहसास ही ना होवे ते असी परमात्मा दे उस रंग विच ऐसे रंगे जाइए कि असी कोशिश करिए कि इस संसार दे विच दुख नाम दी कोई चीज ही ना होवे। मैं ता यही आस करदा हां कि आपां सब रल मिलके उस परमात्मा दी खोज करिए
ਤੇ ਜਦੋਂ ਉਹ ਮਿਲ ਜਾਵੇ ਤੇ ਆਪਾਂ ਰਲ ਮਿਲ ਕੇ ਖੁਸ਼ੀਆਂ ਦੇ ਵਿੱਚ ਉਸ ਸੰਗੀਤ ਤੇ ਐਸਾ ਨੱਚੀਏ ਕਿ ਪਰਮਾਤਮਾ ਵੀ ਸਾਨੂੰ ਐਸਾ ਆਸ਼ੀਰਵਾਦ ਦੇਵੇ ਕਿ ਹੇ ਮੇਰੇ ਬੱਚਿਓ ਤੁਸੀਂ ਸਦਾ ਖੁਸ਼ ਰਹੋ।